औलाद पछाण नहीं हरकत है प्रोड्यूसर है कौन एडा तू शोखा रहा है तकलीफ हो सुन यार नर दिखाउन लग्या तकलीफ होवे की तकलीफ होवेगी ए वेर वे चोरी सदीक दे नाली ओ साले अपना ही मेला ला लेना अच्छा इंग दा बंदा किते परवा जावे बैच लग्यो की हो अंदर देखो एना नी ते तानू कसूरों भी लब जानी मेरी बना लो तेरी भी हुन लबना कड़ा मुश्किल है साड़ी लग दिए आऊं असी यानी खलोते हुन्ने मैग्नेट सिस्टम हाथ ना जोड़ दे पैसे जोड़ दे अपनी भैणा व्याह असी नहीं व्याहणियां जिन्हें तेर से डिगना मैनूं लग रहा तू गंदियां फिल्मां दा ठेका ले लिया रख दिया मैं धुआं रुक गया प्रोड्यूसर ਜਿੰਨਾ ਮਰਜ਼ੀ ਨੂੰ ਤੁਹਾਡਾ ਬੇੜਾ ਵਰਕ ਹੋਇਆ ਸਾਡੀ ਚੰਗੇ ਭਲੇ ਉਹਨਾਂ ਦੇ ਕਾਰਾਂ ਦੇ ਸ਼ੋਰੂਮ ਸੀ ਹੁਣ ਸਲਵਾਰਾਂ ਦੇ ਰਹਿ ਗਏ ਅੱਗੇ ਕਾਲਾ ਸੀ ਹਜ਼ਰ ਸਲਵਾਰਾਂ ਜਿਹੜੀ ਗੱਲ ਹੁਣ ਵੀ ਉਹਨਾਂ ਦੇ ਕਾਰਾਂ ਦੇ ਸ਼ੋਰੂਮ ਨੇ ਪਾਗਲਾ ਹੁਣ ਆਰਟਿਸਟ ਨਹੀਂ ਨਾ ਵੇਖ ਰਹੇ ਤੁਹਾਡੇ ਨਾਲ ਮਹਿੰਗਾ ਸਾਲੇ ਅਦਰਕ ਵਿਕਣ ਦੇ ਓਏ ਆਪਣੀਆਂ ਕਾਰੀਆਂ ਦੀਆਂ ਛੱਤਾਂ ਲਵਾ ਕੇ ਤੇ ਉਹਨੇ ਅਦਰਕ ਵੇਚਣ ਦੇ तेरी मरे मां सच डंडा कल चाचा तेरी मां लगता रहा ਮੇਰਾ ਹਾਲ ਸਾਨੂੰ ਦੇਰ ਲੱਗ ਜਾਣੀ ਅਸੀਂ ਉਨੀ ਦੇਰ ਲక్ష్ਮੀ ਮੰਗ ਆਈਏ ਆ ਨਹੀਂ ਯਾਰ ਮੈਂ ਵਿਆਹ ਕਰਾਉਣਾ ਪੁੱਤਰੋ ਏ ਸ਼ਾਦੀ ਵਿਆਹ ਕਰਾਉਣਾ ਵਿਆਹ ਕਰਾਉਣਾ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਹਾਏ 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 ਹਲੋ ਪ੍ਰੋਡਿਊਸਰ ਕੋਲ 500 ਸੀ ਉਹ ਤੈਨੂੰ ਤਾਂ ਲੱਭਦਾ ਰਿਹਾ ਆ ਤੂੰ ਕਿਤੇ 250 ਚ ਨਿਕਲ ਗਈ ਸੀ ਉਹ ਮੈਨੂੰ ਤਾਂ ਲੱਭਦਾ ਰਿਹਾ 250
ਸੌ ਚ ਮੈਂ ਹੋਰ ਮੇਰਾ 250 ਹੀ ਲਾਤਾ ਮੇਰਾ 250 ਲਾਤਾ ਤੂੰ ਤੇ ਅੱਜ ਮੈਨੂੰ ਗਾਗਾ ਹੀ ਲੱਗਾ ਉਹਦਾ 250 ਲਾਤਾ ਹੀ 150 ਲਾ ਲੱਖ ਲਾਣੋ ਉਹਨੇ ਤਾਂ ਜ਼ਾਲਿਆ ਕੰਪਨੀ ਤੋਂ ਡਰ ਕੇ ਲਾਇਆ ਤੂੰ ਕਿਹਨੂੰ ਤਾਂ ਡਰਨ ਦੇ ਤੇਰਾ 250 ਨੂੰ ਲਾਤਾ ਨਾ ਯਾਰ ਇੰਨੇ ਪੈਸੇ ਹੋਰ ਨਾ ਕੋਈ ਚੋਰ ਹੀ ਪੈ ਜਾਂਦਾ ਮੈਨੂੰ ਨਾ ਤੂੰ ਕਿਉਂ ਇੰਨੇ ਲਾਉਂਦੇ ਪੈਸੇ ਯਾਰ ਇਹ ਗੱਲ ਕਰਨ ਵਾਲੀ ਕੋਈ ਬਾਬਾ ਜੀ ਲੋਰ ਓਏ ਕੁੱਤੀ ਨੇ ਸੱਲਿਆ ਘਰੋਂ ਸਲਾਜੀਤ ਖਾ ਕੇ ਆਇਆ ਕਿਹੜੀ ਸ਼ਾਇਦ ਹੀ ਗਰਮੀ ਚੜੀ ਤੈਨੂੰ ਨਹੀਂ ਠੰਡ ਬੜੀ ਅੱਜ ਓਏ ਮੈਂ ਬੁਰਾ ਲੱਗਦਾ ਬੰਦਾ ਤੂੰ ਡਰੈਕਟ ਵੱਖੀਆਂ ਝੱਤ ਪਾਉਂਦੇ ਵੱਖੀਆਂ ਜੋ ਆਪ ਤੇਰੀਆਂ ਵੇਖ ਕੀ ਮੌਜਾਂ ਲੱਗੀਆਂ ਯਕੀਨ ਕਰੋ ਇਹਦੀ ਸੱਕੀ ਬੁੱਢੀ ਇਹਦੇ ਮੂੰਹ ਤੇ ਛਾਪਰ ਚਾੜ ਕੇ ਚੁੰਮੀ ਲੈਂਦੀ ਜਿਸ ਤਰ੍ਹਾਂ ਤੁਸੀਂ ਧੀ ਭੈਣ ਨੂੰ ਸਮਝਾ ਕੇ ਗੱਲਾਂ ਉਹਨੇ ਉਂਝ ਕਰਨੀ ਫਿਰ ਬਾਬਾ ਜੀ ਬਾਂਦਰੀਆਂ ਓ ਬਾਬਾ ਜੀ ਲੋਰੀ ਬਾਬਾ ਜੀ ਬਾਂਦਰੀਆਂ ਮੇਰੀ ਸ਼ਾਦੀ ਹੋਏਗੀ ਪਾਗਲਾ ਹੁਣ ਰੱਖਿਆ ਫੇਰ ਜੋ ਬਾਅਦ ਚ ਮੂੰਹ ਕਾਲਾ ਕਰਨਾ ਪਏਗਾ ਇਹਨਾਂ ਦਾ ਸ਼ੁਕਰ ਹੈ ਕਿ ਪਹਿਲੇ ਹੀ ਕਾਲਾ ਸਰੇ ਐ ਵੀ ਨਹੀਂ ਕਾਲਾ ਆ ਰਾਤੀ ਇਹਨਾਂ ਨੇ ਜਾਣਾ ਸੀ ਸਰਦੇ ਤੇ ਅੱਲਾ ਤੇਰੀ ਸਿਹਤ ਤੰਦਰੁਸਤੀ ਖਤਮ ਹੀ ਕਰ ਦੇ ਖੈਰ ਹੋਵੇ ਤੇਰੀ ਸੋਹ ਹੋ ਜਾ ਹੱਥ ਵਿੱਚ ਉਹਨੇ ਨਿੱਛ ਮਾਰੀ ਏ ਖੈਰ ਹੋਵੇ ਅੱਲਾ ਤੁਹਾਨੂੰ ਜ਼ਿੰਦਗੀ ਦਾ ਪਿਆਰ ਤੁਹਾਡਾ ਖੈਰ ਚਲੋ ਓਏ ਮਾਫੀ ਮੰਗਦਾ ਕਿੱਡਾ ਭੈੜਾ ਲੱਗਦਾ ਅਜੇ ਤਾਂ ਡਿਸਾ ਦੀ ਮੰਗਾ 10 ਰੁਪਏ ਮੰਗਣਾ ਅੱਜ ਤੋਂ ਪਾਰਕ ਚ ਗਏ ਹੋ ਕਦੀ ਉਹਨੇ ਪਾਰਕ ਚ ਮੈਨੂੰ ਕੋਈ ਵੜਨ ਨਹੀਂ ਦਿੰਦਾ ਵੀ ਕਿਉਂ ਜੀ ਕੱਲ ਮੈਂ ਪਾਰਕ ਦੀ ਕੋਠ ਤੇ ਖਲੋਤਾ ਅੱਛਾ ਸੋਹਣੀਆਂ ਸੋਹਣੀਆਂ ਕੁੜੀਆਂ ਸੋਹਣੇ ਸੋਹਣੇ ਮੁੰਡੇ ਅੰਦਰ ਵੜੀ ਜਾ ਰਹੇ ਨੇ ਮੈਨੂੰ ਗੋਲ ਦਾ ਪਿਆਲਾ ਕਿਹਾ ਦੌੜ ਖੱਟਾ ਰੋੜ ਦੋ ਮੈਂ ਫਿਰ ਉੱਥੇ ਵਾਪਸ ਨਿਕਲ ਆਇਆ ਵੀ ਉਹਨੇ ਨੇ ਖੱਟਾ ਰੋੜਤਾ ਸੀ ਫਿਰ ਪਾਣੀ ਨਹੀਂ ਸੀ ਆਉਂਦਿਆ ਵਿਚਾਰਾ ਡੇਢ ਘੰਟਾ ਇੱਕ ਕੁੱਤੇ ਕੋਲੋਂ ਚਟਾਇਆ ਇਹਨੂੰ ਬੜਾ ਸੁਰੀਲਾ ਆਦਮੀ ਇਹਨਾਂ ਸੁਰੀਲਾ ਸਾਇੰਸਦਾਨ ਆਦਮੀ ਹੈ ਅੱਛਾ ਜੀ ਸਰ ਜਦੋਂ ਹੋਣ ਵਾਲਾ ਸੀ ਹਾਂ ਇਹਨਾਂ ਦੀ ਵਾਲਦਾ ਨੇ ਅਲਟਰਾਸਾਊਂਡ ਕਰਾਇਆ ਫਿਰ ਉਹ ਡਾਕਟਰ ਕਹਿੰਦਾ ਬੱਚਾ ਕੋਈ ਨਹੀਂ ਅੰਦਰ ਚਿੱਕੜ ਹੋਇਆ ਤੂੰ ਕਹਿ ਕੇ ਮੈਨੂੰ ਇਹਨਾਂ ਪ੍ਰੋਟੋਕੋਲ ਨਾ ਆਏਗੇ ਚੰਗਾ ਨਹੀਂ ਸਗੋਂ ਹੈ ਪਸੰਦ ਨਹੀਂ ਮੁੰਡਾ ਤੁਹਾਨੂੰ ਐ ਹਾਂ ਇਹ ਮੁੰਡੇ ਦੀ ਸ਼ਾਦੀ ਬਿਲਕੁਲ ਨਹੀਂ ਹੋਈ ਨਹੀਂ ਕਸਮ ਹੈ ਕਦੀ ਨਹੀਂ ਹੋਈ ਯਕੀਨ ਸਾਡੀ ਮੇਰੀ ਸ਼ਾਦੀ ਫਿਰ ਹੋ ਜਾਏਗੀ ਹਾਂ ਹਾਂ ਤੇ ਤੁਸੀਂ ਮੈਨੂੰ ਹਾਂ ਤੁਹਾਨੂੰ ਤਾਂ ਇਹਨਾਂ ਕਹਿ ਸਕਦੇ ਵੱਡੇ ਹੋ ਤੁਸੀਂ ਜੂਮ ਲੂ ਮੈਂ